आगे है जी मैगनेटिक हिल, इसकी हाइट हैगी 11,123 फुट। हुण इत्थे देखदे आ वी की सिस्टम आ, अजे तां मैनूं वी नहीं पता हैगा, ते एरिया तुसीं देख लो एक बार। इत्थे कुछ प्रैक्टिकल करके देखदे आ, पहले गूगल करके देखा वी इहदा की सिस्टम आ। ਇਹ ਆ ਜੀ ਮੈਗਨੈਟਿਕ ਹਿੱਲ ਵਾਲਾ ਏਰੀਆ, ਅਤੇ ਇੱਥੇ ਹੈ ਕੀ ਹੈ ਸਿਸਟਮ ਦੇਖਣਾ ਪਊਗਾ। ਆਹ ਦੇਖੋ ਇੱਥੇ ਕਹਿ ਰਹੇ ਆ ਵੀ ਇਹ ਮੈਗਨੈਟਿਕ ਦਾ ਫੀਚਰ ਇਹ ਆ ਜਿਹੜਾ ਇੱਥੇ ਮੈਗਨੈਟਿਕ ਹਿੱਲ ਨੂੰ ਇਸ ਕਰਕੇ ਕਿਹਾ ਜਾਂਦਾ ਆ ਵੀ ਤੁਸੀਂ ਇੱਥੇ ਨਿਊਟਰਲ ਦੇ ਵਿੱਚ ਗੱਡੀ ਖੜੀ ਕਰਦੇ ਹੋ ਅਤੇ ਗੱਡੀ ਸਿੱਧਾ ਹੀ ਥੱਲੇ ਜਾਊਗੀ। ਜੇ ਆਪਾਂ ਮੰਨ ਲਓ ਕਰ ਵੀ ਦਿੰਦੇ ਹਾਂ ਤੇ ਇਹ ਤਾਂ ਵੈਸੇ ਵੀ ਢਾਲ ਆ ਥੱਲੇ ਨੂੰ, ਮੈਨੂੰ ਤਾਂ ਢਾਲ ਲੱਗਦੀ ਪਈ ਆ। ਤੇ ਇੱਕ ਭਾਈ ਸਾਹਿਬ ਇੱਥੇ ਕਹਿ ਰਹੇ ਵੀ ਢਾਲ ਨਹੀਂ ਹੈਗੀ। ਕਿੱਧਰਲਾ? ਉਧਰੋਂ ਲੈ ਕੇ ਆਓ, ਇੱਧਰ ਨੂੰ ਫੇਰ ਪਤਾ ਲੱਗਣਾ। ਨਹੀਂ, ਚੜਾਈ ਵੱਲ ਨੂੰ ਨਹੀਂ ਹੈਗੀ, ਇੱਧਰਲੀ ਪਾਸੇ ਇੱਧਰ ਚੜਾਈ ਆ ਤੇ ਇੱਧਰ ਮੈਨੂੰ ਤਾਂ ਉਤਰਾਈ ਲੱਗਦੀ ਪਈ ਆ ਤੇ ਬਾਕੀ ਕੁਝ ਕਹਿੰਦੇ। ਬਾਕੀ ਤੁਸੀਂ ਇੱਕ ਵਾਰ ਜੇ ਤੁਹਾਨੂੰ ਕੈਮਰੇ ਦੇ ਵਿੱਚ ਕੁਝ ਜੱਜ ਹੋ ਰਿਹਾ ਤਾਂ ਦੇਖਿਓ। ਕਹਿੰਦੇ ਜੇ ਤੁਸੀਂ ਇੱਥੇ ਨਿਊਟਰਲ ਕਰਦੇ ਹੋ ਤਾਂ ਥੱਲੇ ਨੂੰ ਜਾ ਰਹੀ ਹੈ। ਮੈਂ ਹੈਂਡ ਬ੍ਰੇਕ ਲਾ ਕੇ ਦੇਖੀ, ਜਾ ਤਾਂ ਰਹੀ ਹੈ ਥੱਲੇ ਨੂੰ, ਪਰ ਮੈਨੂੰ ਤਾਂ ਦੇਖਣ ਦੇ ਵਿੱਚ ਹੀ ਇੱਧਰਲੀ ਇੱਧਰਲਾ ਪਾਸਾ ਨੀਵਾਂ ਲੱਗਦਾ ਪਿਆ। ਇਹ ਆ ਕੋਈ ਮੈਗਨੈਟਿਕ ਹਿੱਲ ਦਾ ਇੱਥੇ ਫੀਚਰ। ਇੱਧਰ ਚੜ੍ਹਾਈ ਆ ਤੁਸੀਂ ਸਾਹਿਬ ਦੇਖੋ, ਦੇਖੋ ਰੋਡ ਉੱਪਰ ਜਾ ਰਹੀ ਆ, ਮੈਂ ਜ਼ੂਮ ਕਰਕੇ ਵੀ ਦਿਖਾ ਦਿੰਦਾ। ਅਤੇ ਫਿਰ ਇੱਧਰ ਉਤਰਾਈ ਆ, ਇੱਧਰ ਨੀਵਾਂ ਜਾਂਦਾ ਪਿਆ। ਅਤੇ ਭਾਈ ਸਾਹਿਬ ਨੇ ਮੈਨੂੰ ਦੱਸਿਆ ਕਿ ਕਹਿੰਦੇ ਇੱਥੇ ਨਿਊਟਰਲ ਕਰਕੇ ਦੇਖੋ ਅਤੇ ਅੱਗੇ ਨੂੰ ਜਾਊਗੀ। ਮੈਂ ਨਿਊਟਰਲ ਕੀਤੀ, ਅੱਗੇ ਨੂੰ ਗਈ ਵੀ ਆ, ਪਰ ਕਹਿਣ ਦਾ ਭਾਵ ਇਹ ਵੀ ਇਹ ਤਾਂ ਉਤਰਾਈ ਰਹੇਗਾ। ਆਹ ਵੀ ਪੰਜਾਬ PV07 ਕਾਰ ਆ, ਆਹ ਦੇਖੋ ਇਹ ਨਿਊਟਰਲ ਕਰਕੇ ਦੇਖਦੇ ਪਏ ਆ। ਪਰ ਇੱਥੇ ਦੇਖਣ ਵਾਲੀ ਗੱਲ ਇਹ ਆ ਵੀ ਇਹ ਤਾਂ ਹੈ ਹੀ ਢਾਲ ਆ, ਨਿਊਟਰਲ ਕਰਕੇ ਤਾਂ ਢਾਲ ਵਾਲੇ ਪਾਸੇ ਨੂੰ ਜਾਊਗੀ। ਆਹ ਦੇਖੋ ਹੁਸ਼ਿਆਰਪੁਰ ਤੋਂ ਆ, ਕਿੱਥੋਂ? ਮੈਂ ਵੀ ਹੁਸ਼ਿਆਰਪੁਰੋਂ ਆਇਆ ਯਾਰ। ਹਾਂ ਯਾਰ, ਇਹ ਕੁਛ ਮੂਰਖਤਾ ਜੀ ਨਹੀਂ ਲੱਗਦੀ ਵੀ? ਦੇਖੋ ਆਹ ਤਾਂ ਢਾਲ ਆ ਭਾਜੀ, ਇੱਧਰ ਨੂੰ ਨਹੀਂ ਮੈਗਨੈਟਿਕ ਦਾ ਭਾਜੀ ਤਾਂ ਚਲੋ, ਪਰ ਨਹੀਂ ਉਹ ਤਾਂ ਭਾਜੀ ਮੈਂ ਦੇਖਿਆ ਵੀ ਨਿਊਟਰਲ ਕਰਕੇ ਮੈਂ ਦੇਖ ਲਈ ਜਾ ਰਹੀ ਆ। ਮਸਲਾ ਇਹ ਭਾਜੀ ਤੈਨੂੰ ਤਾਂ ਢਾਲ ਆ ਯਾਰ। ਭਾਜੀ ਮੈਂ ਦੇਖਿਆ, ਮੈਂ ਤਾਂ ਆਪ ਤਜਰਬਾ ਕਰਕੇ ਦੇਖਿਆ, ਮੈਨੂੰ ਤਾਂ ਲੱਗਾ ਮੈਂ ਹੋ ਵੀ ਸਕਦੀ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਆ। ਨਹੀਂ ਹੁਣ ਮੰਨ ਲਓ ਜੇ ਮੈਗਨੈਟਿਕ ਆ ਭਾਜੀ, ਇੱਥੇ ਆਪਾਂ ਗੱਡੀ ਖੜੀ ਕਰ ਦਿੰਦੇ, ਫਿਰ ਤਾਂ ਚੜ੍ਹਾਈ ਵਾਲੇ ਪਾਸੇ ਕਿਉਂ ਨਹੀਂ ਜਾਊਗੀ? ਕਿੱਦਾਂ ਕਿੱਦਾਂ ਜੀ? ਇੱਥੇ ਮਸਲਾ ਬੜਾ ਗੰਭੀਰ ਹੋ ਗਿਆ। ਅੱਛਾ ਇਹ ਯੈਲੋ ਤੋਂ ਅੱਗੇ ਨੀਵੀ ਆ, ਤੇ ਆ ਜਿਹੜਾ ਇੰਨਾ ਕੁ ਪਾਰਟ ਆ ਵਾਈਟ ਵਾਲਾ, ਇਹ ਸਾਰਾ ਫਿਰ ਲੈਵਲ ਹੋਊਗਾ, ਸਿਮਿਲਰ ਹੋਊਗਾ। ਇੱਥੇ ਲਾਓ ਭਾਜੀ, ਤੇ ਹੁਣ ਛੱਡੋ ਨਾ। ਅੱਛਾ ਜੀ, ਰਾਜੀ ਵਿਸ਼ਵਾਸ ਹੋ ਗਿਆ? ਨਹੀਂ ਮੈਨੂੰ ਨਹੀਂ ਹੋਇਆ, ਵੈਸੇ ਮੈਂ ਤੁਹਾਨੂੰ ਵੈਸੇ ਕਹਿਣਾ ਮੈਨੂੰ ਹੋਇਆ ਨਹੀਂ ਵਿਸ਼ਵਾਸ, ਇੰਨੇ ਜਾਣੇ ਖੜੇ ਆ। ਆਪਾਂ ਆਪਣਾ ਐਕਸਪੀਰੀਅੰਸ ਆ, ਪਰ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਉੱਪਰੋਂ ਜਦੋਂ ਮੋਮੈਂਟਮ ਆ ਨੀਚੇ ਨੂੰ ਢਾਲੇ ਲੱਗਦੀ ਪਈ ਆ, ਬਾਕੀ ਹੋ ਵੀ ਸਕਦੀ ਆ। ਭਾਜੀ ਇੱਕ ਨਾ ਸਾਊਦੀ ਦੇ ਵਿੱਚ ਇੱਕ ਜਗ੍ਹਾ, ਸ਼ਾਇਦ ਤੁਸੀਂ ਪੜ੍ਹੇ ਲਿਖੇ ਸਾਰੇ ਜਣੇ, ਤੁਹਾਨੂੰ ਪਤਾ ਹੋਊਗਾ, ਸਾਊਦੀ ਦੇ ਵਿੱਚ ਨਾ ਉੱਥੇ ਵੀ ਮੈਗਨੈਟਿਕ ਹਿੱਲ ਨੂੰ ਕਹਿੰਦੇ ਆ। ਉੱਥੇ ਜਦੋਂ ਪਾਣੀ ਥੱਲੇ ਸਿੱਟਦੇ ਆ ਤਾਂ ਉਹ ਚੜ੍ਹਾਈ ਵੱਲ ਨੂੰ ਪਾਣੀ ਮੂਵ ਕਰਦਾ ਪਿਆ। ਉਹ ਤਾਂ ਆਪਾਂ ਮੰਨਦੇ ਵੀ ਆ ਮੈਗਨੈਟਿਕ ਵੀ ਕੋਈ ਚੀਜ਼ ਆਪਣੇ ਆਪ ਨੂੰ ਖਿੱਚ ਰਹੀ ਆ। ਇੱਥੋਂ ਚੜ੍ਹੇ, ਮੈਂ ਰਾਤੀ ਇੱਥੋਂ ਲੰਘਿਆ ਸੀਗਾ, ਮੈਨੂੰ ਲੱਗਦਾ 8:30-9 ਵਜੇ, ਤੇ ਉਦੋਂ ਤਾਂ ਪੂਰਾ ਜ਼ੋਰ ਲੱਗਦਾ ਪਿਆ ਸੀ ਕਾਰ ਦਾ ਗੇਅਰ ਦੇ ਵਿੱਚ। ਬਾਕੀ ਇਸ ਜਗ੍ਹਾ ਦੇ ਉੱਤੇ ਆ ਕੇ ਮੈਗਨੈਟਿਕ ਹਿੱਲ ਤੇ ਤੁਸੀਂ ATVs ਦਾ ਵੀ ਆਨੰਦ ਲੈ ਸਕਦੇ ਹੋ। ਕੁਛ 1,000 to 1,200 ਰੁਪਈਆ ਸਿੰਗਲ ATV ਦਾ ਚਾਰਜ ਕਰਦੇ ਆ। 2 to 4 ਕਿਲੋਮੀਟਰ ਦਾ ਰਾਊਂਡ ਬਣਾਇਆ ਹੋਇਆ ਇਹਨਾਂ ਨੇ ਇੱਥੇ, ਅਤੇ ਤੁਸੀਂ ਇੱਥੇ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਨਟਾਓ। ਆਹ ਦੇਖੋ ਫਿਲਹਾਲ ਧੁੱਪ ਬਹੁਤ ਆ, ਹਾਂ ਫਿਲਹਾਲ ਆਈਫੋਨ ਵੀ 0 ਦੇ ਰਿਹਾ, ਮੈਂ ਇੱਥੇ ਮੇਜ਼ਰਮੈਂਟ ਕਰਕੇ ਦੇਖੀ ਆ। ਫਿਰ ਇੰਨਾ ਕੀ ਪਾਰਟ ਆ ਜਿਹੜਾ ਵਾਈਟ ਮਾਰਕ ਕੀਤਾ ਹੋਇਆ ਦੇਖੋ, ਹਾਂ ਫਿਰ ਉਹਨਾਂ ਨੇ ਲਿਖਿਆ ਵੀ ਇਹ ਜਿੱਥੇ ਵਾਈਟ ਮਾਰਕ ਕੀਤਾ ਹੋਇਆ ਉੱਥੇ ਮੈਗਨੈਟਿਕ ਦਾ ਕੁਛ ਹੈਗਾ ਸਿਸਟਮ, ਅਤੇ ਫਿਲਹਾਲ ਇਹ ਚੀਜ਼ ਸਿੱਧ ਹੋ ਰਹੀ ਆ ਇਹਦਾ ਮਤਲਬ। ਠੀਕ ਹੈ ਠੀਕ ਹੈ, ਓਕੇ ਬਰੋ, ਓਕੇ ਥੈਂਕ ਯੂ। ਚਲੋ ਜੀ ਹੁਣ ਆਪਾਂ ਇੱਥੋਂ ਚੱਲਦੇ ਹਾਂ, ਤੁਸੀਂ ਦੇਖ ਲਿਆ। ਮੈਂ ਇੱਥੇ ਨਾ ਆਈਫੋਨ ਦੇ ਵਿੱਚ ਹੁੰਦਾ ਆ ਜਿਹੜਾ ਲੈਵਲ ਕਰਨ ਵਾਲਾ, ਅਤੇ ਮੈਂ ਇੱਥੇ ਕਰਕੇ ਦੇਖਿਆ 0-0 ਆ ਰਹੀ ਆ।
ਤੇ ਬਾਕੀ ਤੁਸੀਂ ਆ ਕੇ ਦੇਖ ਲਿਓ ਯਾਰ ਐਕਸਪੀਰੀਅੰਸ ਕਰਕੇ ਹੁਣ ਵਲੌਗ ਇੱਥੇ ਥੋੜ੍ਹਾ ਸਾਰਾ ਖਿੱਚ ਲੈਣਾ ਆ ਅਤੇ ATVs ਕਿਸੇ ਨੇ ਇੰਜੋਏ ਕਰਨੀ ਹੈ ਅਤੇ ATVs ਆ ਤੁਸੀਂ ਇੱਥੇ ਆ ਕੇ ਮੈਨੂੰ ਲੱਗਦਾ 1000 ਤੋਂ 1200-1500 ਖਰੇ ਪ੍ਰਾਈਜ਼ ਆ ਇਹਨਾਂ ਨੇ 2-4 ਕਿਲੋਮੀਟਰ ਦਾ ਏਰੀਆ ਬਣਾਇਆ ਹੋਇਆ ਰਾਈਡ ਕਰਨ ਲਈ ਅਤੇ ਤੁਸੀਂ ਆਓ ਅਤੇ ਇੱਥੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਆਹ ਮਿਲ ਗਈ ਹੈ ਜੀ ਡਾਇਮੋਕਸ ਦੀ ਗੋਲੀ ਅਤੇ ਕਦੇ ਵੀ ਤੁਸੀਂ ਜਾਂਦੇ ਹੋ ਹਾਈਟ ਉੱਤੇ ਅਤੇ ਸਵੇਰੇ ਸ਼ਾਮ ਇੱਕ ਗੋਲੀ ਖਾ ਲਿਆ ਕਰੋ ਇਹਦੇ ਨਾਲ ਫਿਰ ਸਾਹ ਫੁੱਲਦਾ ਨਹੀਂ ਆਪਾਂ ਨੂੰ ਲੋੜ ਨਹੀਂ ਪਈ ਪਰ ਮੰਮੀ ਨੂੰ ਥੋੜ੍ਹਾ ਜਿਹਾ ਫਿਰ ਅਜੀਬੋ ਗਰੀਬ ਮਹਿਸੂਸ ਹੋ ਰਿਹਾ ਪਿਤਾ ਜੀ ਮਿਲ ਗਈ ਡਾਇਮੋਕਸ ਅਮਾ ਵੈਸੇ ਸਵੇਰੇ ਸ਼ਾਮ ਖਾਈ ਦੀ ਤੁਸੀਂ ਇੱਕ ਟਾਈਮ ਖਾ ਕੇ ਦੇਖ ਲਿਓ ਪਹਿਲਾਂ ਠੀਕ ਵਾ ਹੈ ਖਾ ਲਾਂਗੀ ਹਾਂ ਵੈਸੇ ਸਵੇਰੇ ਸ਼ਾਮ ਦੱਸੀ ਉਹਨੇ ਤੁਸੀਂ ਇੱਕ ਟਾਈਮ ਖਾ ਕੇ ਦੇਖ ਲਿਓ ਠੀਕ ਹੈ ਜੀ ਅਤੇ ਇਹ ਗੋਲੀ ਜ਼ਰੂਰ ਆਪਣੇ ਕੋਲ ਰੱਖਿਆ ਕਰੋ ਜਦੋਂ ਹਾਈ ਐਲਟੀਟਿਊਡ 'ਤੇ ਜਾਂਦੇ ਹੋ ਅਤੇ ਇਹਦਾ ਜ਼ਰੂਰ ਸਵੇਰੇ ਸ਼ਾਮ ਸੇਵਨ ਕਰਿਆ ਕਰੋ ਤਾਂ ਜੋ ਤੁਹਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਨਾ ਆਵੇ ਵਾਓ ਇੱਕ ਵਾਰ ਈਵਨਿੰਗ ਦਾ ਵਿਊ ਚੈੱਕ ਕਰ ਲਓ ਬਈ ਆਹ ਹੋਟਲ ਆ ਜੀ ਅੱਛਾ ਇਸ ਹੋਟਲ ਦੀ ਤੁਹਾਨੂੰ ਮੈਂ ਇੱਕ ਖਾਸ ਗੱਲ ਦੱਸਦਾ ਇਹ ਹੋਟਲ ਹੈਗਾ ਨਾਮ ਕੀ ਸੀ ਇਹਦਾ ਆ ਉਹ ਲਿਖਿਆ ਉਮਾ ਸਿਲਾ ਉਹ ਦੇਖੋ ਉਮਾ ਸਿਲਾ ਜਦੋਂ 3 ਇਡੀਅਟਸ ਦੀ ਇੱਥੇ ਸ਼ੂਟਿੰਗ ਹੋਈ ਸੀ ਨਾ ਲੇਹ ਦੇ ਵਿੱਚ ਆਮਿਰ ਖਾਨ ਅਤੇ ਹੋਰ ਕਾਫੀ ਸਟਾਰ ਵਗੈਰਾ ਜਿਹੜੇ ਫਿਲਮ ਇੰਡਸਟਰੀ ਤੋਂ ਇੱਥੇ ਆ ਕੇ ਰਹੇ ਸੀਗੇ ਅਤੇ ਇਹ ਹੋਟਲ ਆ ਅਤੇ ਬਾਕੀ ਬਹੁਤ ਸੋਹਣਾ ਹੋਟਲ ਆ ਯਾਰ ਹੁਣ ਅਸੀਂ ਘੁੰਮਣ ਜਾ ਰਹੇ ਹਾਂ ਜੀ ਲੇਹ ਦੇ ਵਿੱਚ ਇੱਕ ਮਾਲ ਰੋਡ ਕਰਕੇ ਮਾਰਕੀਟ ਆ ਉਹ ਐਕਸਪਲੋਰ ਕਰਨ ਜਾਣੀ ਹੈ ਅਤੇ ਤੁਹਾਨੂੰ ਵੀ ਦਿਖਾਉਣੀ ਆ ਅਤੇ ਉੱਥੋਂ ਕੁਛ ਖਰੀਦਦਾਰੀ ਵੀ ਕਰਾਂਗੇ ਅਤੇ ਨਾਲ ਦੀ ਨਾਲ ਇਹ ਦੱਸ ਦੇਣਾ ਵੀ ਹੁਣ ਇੱਥੇ ਟੈਂਪਰੇਚਰ ਡਿੱਗਣਾ ਸ਼ੁਰੂ ਹੋ ਗਿਆ ਦੁਪਹਿਰ ਨੂੰ ਗਰਮੀ ਹੋ ਜਾਂਦੀ ਆ ਗਰਮੀ ਵੀ ਇੱਦਾਂ ਵੀ 14-15 ਡਿਗਰੀ ਟੈਂਪਰੇਚਰ ਹੁਣ ਤਾਂ ਇਸ ਵੇਲੇ ਚੈੱਕ ਕੀਤਾ 7 ਡਿਗਰੀ ਟੈਂਪਰੇਚਰ ਹੋ ਗਿਆ ਔਰ ਰਾਤ ਨੂੰ -3 ਸੀਗਾ ਜਦੋਂ ਆਪਾਂ ਬੀਤੀ ਰਾਤ ਇੱਥੇ ਬਿਤਾਈ ਆ ਅਤੇ ਬੜੀ ਠੰਡ ਹੋ ਗਈ ਆ ਹੁਣ ਆਪਾਂ ਫਿਰ ਤੋਂ ਰੂਮ ਦੇ ਵਿੱਚੋਂ ਨਿਕਲੇ ਨਾ ਮੈਗਨੈਟਿਕ ਹਿੱਲ ਔਰ ਪੱਥਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਫਿਰ ਹੋਟਲ ਦੇ ਵਿੱਚ ਵਾਪਸ ਆ ਗਏ ਸੀਗੇ ਕਿਉਂਕਿ ਮੰਮੀ ਨੂੰ ਥੋੜ੍ਹਾ ਜਿਹਾ ਅਸਥਮਾ ਦਾ ਇਸ਼ੂ ਉਹਨਾਂ ਨੂੰ ਸਾਹ ਚੜ੍ਹਦਾ ਪਿਆ ਸੀ ਅਤੇ ਇੱਕ ਡਾਇਮੋਕਸ ਦੀ ਫਿਰ ਉਹਨਾਂ ਨੂੰ ਟੈਬਲੇਟ ਦਿੱਤੀ ਉਸ ਤੋਂ ਬਾਅਦ ਕਹਿੰਦੇ ਮੈਂ ਕੁਛ ਠੀਕ ਹੈ ਅਤੇ ਹੁਣ ਆਪਾਂ ਨਾਲ ਜਿਹੜਾ ਸਿਲੰਡਰ ਲੈ ਕੇ ਆਏ ਸੀਗੇ ਆਕਸੀਜਨ ਉਹ ਕੈਰੀ ਕਰ ਲੈਣੇ ਆ ਅਤੇ ਫਿਰ ਹੁਣ ਆਪਾਂ ਜਾ ਰਹੇ ਹਾਂ ਜੀ ਮਾਲ ਰੋਡ ਸੋ ਵਲੌਗ ਅੱਜ ਦਾ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਿਉਂ ਮੈਂ ਕੋਸ਼ਿਸ਼ ਕਰ ਰਿਹਾ ਵੀ ਨਾਲ ਦੀ ਨਾਲ ਬਣਾਵਾਂ ਜਿੱਦਾਂ ਮਰਜ਼ੀ ਅਪਲੋਡ ਕਰਦਾ ਪਿਆ ਅਤੇ ਤੁਸੀਂ ਇਸ ਮਿਹਨਤ ਨੂੰ ਪਲੀਜ਼ ਸਪੋਰਟ ਕਰਿਓ ਤੁਸੀਂ ਬਾਹਰ ਬੈਠੇ ਮੈਂ ਤਾਂ ਪਾਰਕਿੰਗ ਲੱਭਦਾ ਕਿੰਨੀ ਦੂਰ ਘੁੰਮ ਕੇ ਫਿਰ ਆ ਕੇ ਇੱਕ ਵਾਰ ਥੱਲੇ ਉੱਤਰ ਗਿਆ ਫਿਰ ਉੱਪਰ ਚੜ੍ਹ ਗਿਆ ਨਹੀਂ ਹੈ ਇੱਥੋਂ ਥੋੜ੍ਹੀ ਜਿਹੀ ਹੋਊਗਾ ਤਕਰੀਬਨ 700-800 ਮੀਟਰ 'ਤੇ ਹੋਊਗਾ ਚੜ੍ਹਾਈ ਆ ਸਾਹ ਭੁੱਲ ਗਿਆ ਇਹਨਾਂ ਨੂੰ ਦੇਖਦੇ ਹਾਂ ਵੀ ਇਸ ਵੇਲੇ ਆਪਾਂ ਹੈਗੇ ਹਾਂ ਮਾਲ ਰੋਡ ਦੇ ਵਿੱਚ ਅਤੇ ਦੇਖਦੇ ਹਾਂ ਕੀ ਕਰਦੀਆਂ ਉੱਪਰ ਜਾ ਕੇ ਮੈਂ ਤਾਂ ਪਾਰਕਿੰਗ ਲੱਭਦਾ ਰਹਿ ਗਿਆ ਭਾਈ ਵਾਹਿਗੁਰੂ ਫਿਰ ਚੜ੍ਹਾਈ ਆ ਗਈ ਅੱਛਾ ਵਾਹ ਬਈ ਵਾਹ ਹਾਂਜੀ ਇੱਕ ਇੰਪੋਰਟੈਂਟ ਸੁਨੇਹਾ ਜਿਹੜਾ ਤੁਹਾਡੇ ਲਈ ਇਸ ਵਲੌਗ ਦੇ ਵਿੱਚ ਆ ਕਿ ਜਦੋਂ ਵੀ ਤੁਸੀਂ ਕਿਸੇ ਦਾ ਪ੍ਰੋਗਰਾਮ ਬਣਦਾ ਵੀ ਲੇਹ ਆਉਣ ਦਾ ਤਾਂ ਤੁਸੀਂ ਸਪਟੰਬਰ ਤੱਕ ਹੀ ਆ ਸਕਦੇ ਹੋ ਇੱਥੇ ਅਤੇ 22 ਲੱਖ ਅਸੀਂ ਤਾਂ ਬਸ ਕਹਿ ਲਓ ਕੁਦਰਤੀ ਹਿਸਾਬ ਨਾਲ ਤੁਰ ਪਏ ਸਾਨੂੰ ਨਹੀਂ ਪਤਾ ਸੀ ਇਸ ਚੀਜ਼ ਬਾਰੇ ਅਤੇ ਮਈ ਤੋਂ ਲੈ ਕੇ ਸਪਟੰਬਰ ਤੱਕ ਖੁੱਲ੍ਹਾ ਹੁੰਦਾ ਇਹ ਸੀਜ਼ਨ ਹੁੰਦਾ ਇੱਥੇ ਦਾ ਲੇਹ ਦਾ ਸ਼ੋਪਿੰਗ ਵਗੈਰਾ ਅਤੇ ਕਰਾਊਡ ਇੱਥੇ ਵੱਧ ਗਿਆ ਹੁੰਦਾ ਅਤੇ ਹੁਣ ਸ਼ਾਪਸ ਵਗੈਰਾ ਸਾਰੀਆਂ ਬੰਦ ਕਰ ਰਹੇ ਆ ਇਹ ਭਾਈ ਸਾਹਿਬ ਜਿਹਨਾਂ ਕੋਲ ਆਪਾਂ ਸ਼ੋਪਿੰਗ ਕਰੀ ਇਹ ਵੀ ਕਹਿ ਰਹੇ ਵੀ ਅਸੀਂ 2-3 ਦਿਨ ਦੇ ਵਿੱਚ ਸਭ ਕੁਛ ਬੰਦ ਕਰ ਦੇਣਾ ਅਸੀਂ ਚੱਲ ਜਾਣਾ ਜੀ ਬੰਦ ਕਾਰੋਬਾਰ ਬੰਦ ਕਰਕੇ ਆਪਾਂ ਆਪਣੇ ਫਿਰ ਘਰਾਂ ਦੇ ਵਿੱਚ ਇਹਨਾਂ ਨੇ ਸਟੇਬਲ ਰਹਿਣਾ ਕਿਉਂਕਿ ਇੱਥੇ ਠੰਡ ਹੁਣ ਡੇ ਬਾਏ ਡੇ ਵੱਧ ਰਹੀ ਆ ਹੋਟਲ ਵਾਲੇ ਭਾਈ ਸਾਹਿਬ ਵੀ ਇਹੀ ਕਹਿ ਰਹੇ ਸੀ ਅਸੀਂ ਤੁਹਾਨੂੰ ਦੱਸਿਆ ਹੀ ਆ ਕਿ ਹੋਟਲ ਬੰਦ ਕਰ ਰਹੇ ਹਾਂ ਅਤੇ ਮੈਂ ਜਿੱਥੇ ਪਾਰਕਿੰਗ ਕਰਕੇ ਆ ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਲੇਟ ਹੋਵੋਗੇ ਸੋ ਕਿਸੇ ਨੇ ਵੀ ਆਉਣਾ ਮਈ ਤੋਂ ਲੈ ਕੇ ਸਪਤੰਬਰ ਤੱਕ ਇੱਥੇ ਸੀਜ਼ਨ ਆ ਫਿਰ ਇੱਥੇ ਬਰਫ਼ ਪੈ ਜਾਣੀ ਆ ਬੁਰਾ ਹਾਲ ਹੋ ਜਾਂਦਾ ਆ ਫਿਰ ਉਹੀ ਆਉਂਦੇ ਜਿਹੜੇ ਵਾਇਆ ਪਲੇਨ ਆਉਂਦੇ ਅਤੇ ਕਾਰਜ ਵਗੈਰਾ ਟੂਰਿਸਟ ਸਾਰਾ ਬੰਦ ਹੁੰਦਾ ਇਹ ਆ ਜੀ ਇੱਥੇ ਦੀ ਕੁਛ ਵਾਈਬ ਹੁਣ ਤਾਂ ਕਰਾਊਡ ਹੈ ਨਹੀਂਗਾ ਥੋੜ੍ਹਾ ਹੀ ਆ ਰਸ਼ ਇੱਥੇ ਅਤੇ ਨਹੀਂ ਤਾਂ ਕਹਿੰਦੇ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਥੋੜ੍ਹੀਆਂ ਬਹੁਤੀਆਂ ਸ਼ਾਪਸ ਬੰਦ ਵੀ ਹੋ ਚੁੱਕੀਆਂ ਸੋਹਣੀ ਆ ਮਾਰਕੀਟ ਤਾਂ ਘੁੰਮਣ ਲਈ ਸੋਹਣੀ ਆ ਹਾਂਜੀ ਹਾਂਜੀ ਡਰਾਈ ਫਰੂਟਸ ਫਰੂਟਸ ਸਬਜ਼ੀਆਂ ਲਓ ਜੀ ਮੈਗਨੇਟਸ ਦੇਖ ਰਹੇ ਹਾਂ ਹੁਣ ਮੈਂ ਅਤੇ ਪਿਤਾ ਜੀ ਅਤੇ ਮੈਨੂੰ ਤਾਂ ਆ ਵੀ ਸੋਹਣਾ ਲੱਗਾ
क्या लिखा है मैडम ये? ओम मानी पद्मे हम हमने हम सो क्या मीनिंग है इसका? ये ना गुड लक होता है, गुड लक ब्लेसिंग होता है भाई, ये लॉन्ग लाइफ होता है, हम सब कर के पीछे में लॉन्ग लाइफ रहता है ना, ऐसा वाला हैंगिंग ये प्रोडक्शन होता है। हाँ जी, ये भाई साहब नहीं बैठे हुए इत्थे ते इन्हां दा काम हैगा आ नेम प्लेट्स बना के देनी आ। आ देखो किन्नी इन्हां दी सोहनी सोहनी नेम प्लेट्स बनाइयां होईयां ते मेहनत बड़ी है पिता जी। पिता जी कहते मैं ये बनवा के लैके जानी आ USA और UK भेजनी आ, ये भी ले लवांगे पिता जी। ओए सॉरी, आ देखो इन्हां उत्ते भी कुछ भी लिखवा सकते हैं। सो असीं फोंट दे दित्ते इन्हां नूं ते ये हुण कहिंदे भी भाई कितना टाइम लगेगा इन सभी में? एक घंटा लग जाएगा सूखने में और सभी कुछ, है ना। हुण इस वेले हैगे जी आपां ड्राई फ्रूट्स लैके बैठे आ पूरी मार्केट दे विच, ते मैं तुहानूं ना इहदे विच एक डिफरेंट चीज़ दसदा। मैनूं पहली बार इस चीज़ का पता लगा, पर तुहानूं शायद तुसीं देख लिओ तुहानूं पता कि नहीं। हुण एप्रीकोट आ वाला, इह वी एप्रीकोट आ, आह वी एप्रीकोट आ, पर इह वी एप्रीकोट आ, तीन तरह दे एप्रीकोट आ। जदों आपां एप्रीकोट खा लईए तां टेस्ट बिल्कुल जिहड़ा आम नॉर्मल एप्रीकोट आ उहदे वर्गा हुंदा। इहदे विचों ना जिहड़ी गटक निकलदी आ, गेटक सिटन वाली नहीं हैगी, गेटक उपरला तुसीं खा लो ते गेटक दे विचों भन लो, सॉरी जिहड़ी विचों गेटक निकली ना उहनूं बाद विच भन लो ते उहदे विचों बदाम निकलदे आ आह वाले, यानी एप्रीकोट दे नाल नाल तुहानूं इक बदाम फ्री मिलदा पिया कुदरती, और इह कुदरत ने ऑफर लाई होई आ। सो इत्थे जिहड़ा आउंदा है एप्रीकोट जरूर ट्राई करिओ। की आ मम्मी नूं साह चढ़दा वा, मैं कहा तुसीं आ मूहरे इत्थे बेंच लगे होए आ बहि जाओ। ਕਿੰਨੀ ਸ਼ੋਪਿੰਗ ਕੀਤੀ ਆ? ਉਹ ਦੇਖੋ ਮੂਹਰੇ ਸਤਵੀਰ ਕੱਪੜੇ ਲੈ ਕੇ ਆਈ ਤੇ ਆਪਾਂ ਤਾਂ ਫਿਰ ਐਪਰੀਕੋਟ ਲੈ ਲਏ ਆ ਤੇ ਨਾਲ ਉਹ ਮੈਂ ਨੇਮ ਪਲੇਟਸ ਮਿਲ ਗਈਆਂ ਉਹ ਵਾਲੀਆਂ, ਹਾਂ ਉਹ ਬਣਾ ਨੂੰ ਦੇਤੀਆਂ, ਲਿਖਾਤੇ ਜੋ ਪਿਤਾ ਜੀ ਨੇ ਚਾਹੁੰਦੇ ਸੀਗੇ। ਹੈਂ ਉਦੇ ਸਿੰਘ ਉੱਜਲ ਸਿੰਘ ਲਈ ਸੋਹਣੀ ਆ, ਇਹ ਤਾਂ ਮੈਂ ਵੀ ਲੈ ਲੈਣਾ ਇੱਦਾਂ ਦੀ। ਪਿਤਾ ਜੀ ਮੈਨੂੰ ਵੀ ਲੈ ਦਿਓ ਇੱਦਾਂ ਦੀ। ਕਿਤਨੇ ਕਾ ਜੀ? 1200 ਕਾ। ਹਾਂ ਬਾਰਗੇਨਿੰਗ ਲੱਗੀ ਹੁਣ ਦੇਖੋ, ਹੁਣ ਸਤਵੀਰ ਨੂੰ ਮੂਹਰੇ ਕਰਦੇ ਹਾਂ। ਚਲੋ ਪਿਤਾ ਜੀ ਮੈਨੂੰ ਵੀ ਲੈ ਕੇ ਦਿਓ ਇੱਦਾਂ ਦਾ, ਮੈਂ ਕੱਲ੍ਹ ਨੂੰ ਪਾ ਕੇ ਜਾਣਾ, ਇੱਥੇ ਠੰਡ ਬਹੁਤ ਆ। ਇੱਕ ਬੱਚਾ 29 ਸਾਲ ਕਾ ਆਪਕੇ ਸਾਹਮਣੇ ਖੜਾ ਹੈ, ਉਸਕੇ ਲੀਏ ਵੀ ਦਿਖਾ ਦੋ। ਇਹ ਬੱਚਾ 80 ਸਾਲ ਕਾ ਹੈ, 80 ਸਾਲ ਕੇ ਲੀਏ ਲੇਂਗੇ? ਆਪਕੀ ਦੁਕਾਨ, ਥੈਂਕ ਯੂ ਸਰ। ਹਾਂ ਅਗਰ ਰੇਟ ਸਹੀ ਲਾਏਂਗੇ, ਅਗਰ ਆਪ ਰੇਟ ਸਹੀ ਲਗਾਏਂਗੇ ਤੋ ਸਾਰੀ ਦੁਨੀਆ ਕੋ ਦਿਖਾਏਂਗੇ। ਔਰ ਵੀ ਲੈ ਕੇ ਜਾਏਂਗੇ। ਅਭੀ ਸਭ ਕੁਛ ਬੰਦ ਹੋ ਰਹਾ ਹੈ ਨਾ, ਕਿਤਨੇ ਦਿਨ ਲਗੇਂਗੇ? अभी ये लास्ट तक सब बंद हो जाएगा। बंदे आ लो जी, मैं भी हुन लेयर वाला खाली ड्रेस ले ली है निगी है भाई, दूजी साइज सही है, सही है बिल्कुल भाई, अच्छा लगता है। मैं कह रहा जी क्या बात है, मेरी हमारी पगड़ी के साथ बड़ा अच्छा लगेगा, इससे बड़ा भी होगा? नहीं नहीं ये सबसे बड़ा है, जो मेरा 80 साल का बच्चा इसका मैं क्या करूं? किसके किसके 80 साल के लिए उसको भी आएगा, आ जाएगा, हां ही आ जाएगा, हां ही आ जाना। कलर दिखाओ इसमें, पानी भी नाल दी नाल घूमता पिया। बस तवीर कहती है लेने का बेनिफिट नहीं है, भी घर जाके बज देनी आप ट्राई करना हूं इतने। डिनर टाइम हो गया, तो केड़ा रेस्टोरेंट है तस्वीर है? नेहा स्नेहा नेक्स, वधिया भाई। बाकी फूड खा के देखते हैं, इत्थे दी वाइब बहुत सोहनी है, म्यूजिक बहुत सोहना सोहना लाउंदे। फिलहाल तो मैं बंद करवाया भी कॉपीराइट ना आ जाए, तो हुण इहनूं इंजॉय करते हैं तो खा के बाद तुहानूं फूड का रिव्यू भी दिंदे हां। लो जी प्रशादा पानी छक लिया, तो केड़ा स्नैक्स सीगा? नेहा स्नैक्स, बहुत वधिया रोटी घर वर्गी, तो क्या बात है, किन्ने दिनों बाद मजा आया खा के। और इधर तो सारी मार्केट ही क्लोज हो गई, तो हुण आपां जिहड़ियां अपनी नेम प्लेट्स मन नूं दित्तियां सीगियां ओह चकणियां, तो उस तो बाद फिर आपां जाणा जी होटल। सो जी मैनूं लगदा अज दे व्लॉग नूं इत्थे आपां समाप्त कर दईए। ये सीगी जी लेह दी माल रोड मार्केट, बहुत सोहनी आ, अज सोहना टाइम स्पेंड होया अपना। पहला सवेरे उधर गुरु घर के दर्शन होए, तो शाम नूं आपां मार्केट एक्सप्लोर कीती आ, तो हुण आपां सवेरे 8 बजे इत्थों चले जाणा।
हो सकता उस तो पहला भी तो हूँ तुरन करके समान भी चक्या सह चढ़ता मैं इग्नोर करो तो हूँ जो अगे ब्लॉग आऊंगे वो आप पिंड तक के पावे तो जे थानू ब्लॉग्स चंगे लगे तो जरूर शेयर कर दौ लाइक जरूर कर दौ और कमेंट करके कुछ भी लिखियो कुछ कहना चाहोगे हवा चलती ठंड ना ना उधर ना हाँ हवा चलती है ठंड लगती है तो रोटी खा ली साफ फुल चढ़ता पाया तो हम ब्लॉग इतने खत्म कर दिए भाई मिलते हैं जी नैक्सट वीडियो अज ले रब राखा वाहेगुरु जी का खालसा वाहेगुरू जी की फतेह सीजन खत्म हो गया सितंबर तक सेगा जिदा तुहानू पहला दस्या ते नैक्सट ईयर तुसी जरूर अपनी फैमिली दे नाल लेदा प्रोग्राम बनायो ते इत्थे घूम के जायो सोहनी जगह आ।